ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਦੇ ਵਿੱਚ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਦੀ ਅਵਾਰਾ ਕੁੱਤਿਆਂ ਦੇ ਕਾਰਨ ਹੀ ਦਰਦਨਾਕ ਮੌਤ ਹੋਈ ਹੈ। ਦਰਅਸਲ ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਰਾਤ ਨੂੰ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਹੀ ਸੜਕ ਦੇ ਅੱਗੇ ਕੁੱਤਾ ਆ ਗਿਆ, ਜਿਸ ਤੋਂ ਬਾਅਦ ਇਸਦਾ ਬਾਈਕ ਜੋ ਹੈ ਉਹ ਸਿੱਧਾ ਹੀ ਸੜਕ 'ਤੇ ਪਲਟਦਾ ਅਤੇ ਇਸਦਾ ਸਿਰ ਜ਼ਮੀਨ ਦੇ ਨਾਲ ਵੱਜਦਾ, ਜਿਸ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਹਾਦਸਾ CCTV ਦੇ ਵਿੱਚ ਵੀ ਕੈਦ ਹੋਇਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਅਵਾਰਾ ਕੁੱਤੇ ਨਜ਼ਰ ਆ ਰਹੇ ਨੇ ਅਤੇ ਠੀਕ ਸੜਕ ਦੇ ਦੂਸਰੇ ਪਾਸੇ ਵੀ ਕੁਝ ਕੁੱਤੇ ਬੈਠੇ ਹੋਏ ਨੇ। ਅਚਾਨਕ ਹੀ ਜਦੋਂ ਬਾਈਕ ਲੰਘਦਾ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਕੁੱਤਾ ਬਾਈਕ ਦੇ ਅੱਗੇ ਆ ਜਾਂਦਾ, ਜਿਸ ਦੇ ਕਾਰਨ ਨੌਜਵਾਨ ਦਾ ਸੰਤੁਲਨ ਜੋ ਹੈ ਉਹ ਵਿਗੜ ਜਾਂਦਾ ਅਤੇ ਸਿੱਧਾ ਹੀ ਜਾ ਕੇ ਸੜਕ ਦੇ ਉੱਤੇ ਬਾਈਕ ਪਲਟੀ ਹੋ ਜਾਂਦਾ ਅਤੇ ਉਸਦਾ ਸਿਰ ਜ਼ਮੀਨ ਦੇ ਨਾਲ ਵੱਜਦਾ ਅਤੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਅਵਾਰਾ ਕੁੱਤਿਆਂ ਦੇ ਕਾਰਨ ਇੱਕ ਹੋਰ ਜਾਨ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਸਮੇਂ-ਸਮੇਂ ਦੇ ਉੱਤੇ ਲਗਾਤਾਰ ਮੰਗ ਉੱਠਦੀ ਰਹਿੰਦੀ ਹੈ ਕਿ ਅਵਾਰਾ ਕੁੱਤਿਆਂ ਦਾ ਕੋਈ ਉਚਿਤ ਪ੍ਰਬੰਧ ਹੋਵੇ, ਕਿਉਂਕਿ ਆਏ ਦਿਨ ਅਵਾਰਾ ਕੁੱਤੇ ਜਿੱਥੇ ਬਜ਼ੁਰਗਾਂ, ਬੱਚਿਆਂ, ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ, ਉਹਨਾਂ ਨੂੰ ਕੱਟਦੇ ਨੇ, ਉੱਥੇ ਹੀ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਜਾ ਰਹੇ ਨੇ। ਅਤੇ ਹੁਣ ਇੱਕ ਨੌਜਵਾਨ ਦੀ ਜੋ ਕਿ ਬੁਲਟ ਦੇ ਉੱਤੇ ਆਪਣੇ ਘਰ ਰਾਤ ਨੂੰ ਵਾਪਸੀ ਕਰ ਰਿਹਾ ਸੀ ਤਾਂ ਅਚਾਨਕ ਹੀ ਉਸਦੇ ਬੁਲਟ ਦੇ ਅੱਗੇ ਕੁੱਤਾ ਆ ਜਾਂਦਾ, ਜਿਸ ਦੇ ਕਾਰਨ ਉਸਦਾ ਬੈਲੈਂਸ ਵਿਗੜਦਾ ਅਤੇ ਉਸਦੀ ਮੌਤ ਹੋ ਜਾਂਦੀ ਹੈ। ਜ਼ਮੀਨ ਦੇ ਉੱਤੇ ਉਸਦਾ ਸਿਰ ਵੱਜਦਾ ਜ਼ੋਰ ਨਾਲ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ। ਅਵਾਰਾ ਕੁੱਤੇ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਅਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਦੇ ਵਿੱਚ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਦੀ ਅਵਾਰਾ ਕੁੱਤਿਆਂ ਦੇ ਕਾਰਨ ਹੀ ਦਰਦਨਾਕ ਮੌਤ ਹੋਈ ਹੈ। ਦਰਅਸਲ ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਰਾਤ ਨੂੰ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਹੀ ਸੜਕ ਦੇ ਅੱਗੇ ਕੁੱਤਾ ਆ ਗਿਆ, ਜਿਸ ਤੋਂ ਬਾਅਦ ਇਸਦਾ ਬਾਈਕ ਜੋ ਹੈ ਉਹ ਸਿੱਧਾ ਹੀ ਸੜਕ 'ਤੇ ਪਲਟਦਾ ਅਤੇ ਇਸਦਾ ਸਿਰ ਜ਼ਮੀਨ ਦੇ ਨਾਲ ਵੱਜਦਾ, ਜਿਸ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਹਾਦਸਾ CCTV ਦੇ ਵਿੱਚ ਵੀ ਕੈਦ ਹੋਇਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਅਵਾਰਾ ਕੁੱਤੇ ਨਜ਼ਰ ਆ ਰਹੇ ਨੇ ਅਤੇ ਠੀਕ ਸੜਕ ਦੇ ਦੂਸਰੇ ਪਾਸੇ ਵੀ ਕੁਝ ਕੁੱਤੇ ਬੈਠੇ ਹੋਏ ਨੇ। ਅਚਾਨਕ ਹੀ ਜਦੋਂ ਬਾਈਕ ਲੰਘਦਾ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਕੁੱਤਾ ਬਾਈਕ ਦੇ ਅੱਗੇ ਆ ਜਾਂਦਾ, ਜਿਸ ਦੇ ਕਾਰਨ ਨੌਜਵਾਨ ਦਾ ਸੰਤੁਲਨ ਜੋ ਹੈ ਉਹ ਵਿਗੜ ਜਾਂਦਾ ਅਤੇ ਸਿੱਧਾ ਹੀ ਜਾ ਕੇ ਸੜਕ ਦੇ ਉੱਤੇ ਬਾਈਕ ਪਲਟੀ ਹੋ ਜਾਂਦਾ ਅਤੇ ਉਸਦਾ ਸਿਰ ਜ਼ਮੀਨ ਦੇ ਨਾਲ ਵੱਜਦਾ ਅਤੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਅਵਾਰਾ ਕੁੱਤਿਆਂ ਦੇ ਕਾਰਨ ਇੱਕ ਹੋਰ ਜਾਨ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਸਮੇਂ-ਸਮੇਂ ਦੇ ਉੱਤੇ ਲਗਾਤਾਰ ਮੰਗ ਉੱਠਦੀ ਰਹਿੰਦੀ ਹੈ ਕਿ ਅਵਾਰਾ ਕੁੱਤਿਆਂ ਦਾ ਕੋਈ ਉਚਿਤ ਪ੍ਰਬੰਧ ਹੋਵੇ, ਕਿਉਂਕਿ ਆਏ ਦਿਨ ਅਵਾਰਾ ਕੁੱਤੇ ਜਿੱਥੇ ਬਜ਼ੁਰਗਾਂ, ਬੱਚਿਆਂ, ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ, ਉਹਨਾਂ ਨੂੰ ਕੱਟਦੇ ਨੇ, ਉੱਥੇ ਹੀ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਜਾ ਰਹੇ ਨੇ। ਅਤੇ ਹੁਣ ਇੱਕ ਨੌਜਵਾਨ ਦੀ ਜੋ ਕਿ ਬੁਲਟ ਦੇ ਉੱਤੇ ਆਪਣੇ ਘਰ ਰਾਤ ਨੂੰ ਵਾਪਸੀ ਕਰ ਰਿਹਾ ਸੀ ਤਾਂ ਅਚਾਨਕ ਹੀ ਉਸਦੇ ਬੁਲਟ ਦੇ ਅੱਗੇ ਕੁੱਤਾ ਆ ਜਾਂਦਾ, ਜਿਸ ਦੇ ਕਾਰਨ ਉਸਦਾ ਬੈਲੈਂਸ ਵਿਗੜਦਾ ਅਤੇ ਉਸਦੀ ਮੌਤ ਹੋ ਜਾਂਦੀ ਹੈ। ਜ਼ਮੀਨ ਦੇ ਉੱਤੇ ਉਸਦਾ ਸਿਰ ਵੱਜਦਾ ਜ਼ੋਰ ਨਾਲ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ।